ਇਹ ਧਰਨਾ ਜਿਹੜਾ ਟੋਲ ਪਲਾਜ਼ਾ ਲੱਡੂ ਵਾਲਾ, ਇਹ ਲਗਭਗ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬਣ ਗਿਆ ਸੀ, ਜਿਹੜਾ ਇਹ ਪੰਜਾਬ ਦੇ ਲੋਕਾਂ ਨੂੰ ਦੀ ਜੇਬ 'ਤੇ ਬੜਾ ਵੱਡਾ ਡਾਕਾ, ਜਿਹੜਾ ਸਹਿਣਯੋਗ ਨਹੀਂ ਸੀਗਾ। ਇਸ ਕਰਕੇ ਸਾਡੀਆਂ ਦੋ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਨੇ ਜਿਹੜਾ ਐਲਾਨ ਕੀਤਾ ਸੀ, ਇਹਨਾਂ ਨੂੰ ਸਮਾਂ ਦਿੱਤਾ। ਇਸ ਸਮੇਂ 'ਚ ਨਹੀਂ ਮੰਨੇ ਸਾਡੀ ਗੱਲ ਤਾਂ ਇਹਨੂੰ ਅਸੀਂ ਫ੍ਰੀ ਕਰ ਦਿੱਤਾ, ਅਤੇ ਹੁਣ ਅੱਜ ਟ੍ਰੈਫਿਕ ਫ੍ਰੀ ਚੱਲ ਰਹੀ ਹੈ, ਕੱਲ੍ਹ 11 ਵਜੇ ਤੋਂ ਲੈ ਕੇ ਅੱਜ ਤੱਕ। ਹੁਣ ਪ੍ਰਸ਼ਾਸਨ ਬੈਠਾ ਉੱਥੇ, ਗੱਲਬਾਤ ਕਰ ਆਏ ਹਾਂ, ਹੁਣ ਜੇ ਉਹ ਘੱਟ ਘੁੱਟ ਕਰਕੇ ਕੋਈ ਆਉਂਦੇ ਇੱਥੇ ਆਉਣਗੇ ਫਿਰ ਦੇਖ ਲੈਂਦੇ, ਜੇ ਨਹੀਂ ਘਟਾਉਂਦੇ ਤਾਂ ਇਹ ਬੈਠੇ ਇੱਥੇ ਫ੍ਰੀ ਰਹੋ। ਕੀ ਲੱਗ ਰਿਹਾ ਵੀ ਤੁਸੀਂ ਇੰਨੇ ਦੇਰ ਤੋਂ ਬੈਠੇ ਹੋ, ਤੁਸੀਂ ਪਹਿਲਾਂ ਚੇਤਾਵਨੀ ਵੀ ਦਿੱਤੀ ਅਤੇ ਪਹਿਲਾਂ ਵੀ ਚਾਹੇ NHAI ਆ ਚਾਹੇ ਪ੍ਰਸ਼ਾਸਨ ਆ, ਪਹਿਲਾਂ ਕਿਉਂ ਨਹੀਂ ਹਰਕਤ 'ਚ ਆਏ? ਉਹ ਗੱਲ ਸੁਣੀ ਆ ਤੁਸੀਂ, ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ, ਤੋ ਫਿਰ ਬਾਤੋਂ ਸੇ ਕੈਸੇ ਮਾਨੇਗੇ? ਉਹ ਤਾਂ ਲੱਤਾਂ ਨਾਲ ਹੀ ਮੰਨਣਗੇ, ਹੁਣ ਲੱਤਾਂ ਖਾ ਰਹੇ ਨਾਲੇ ਮੰਨਣਗੇ, ਨਾਲੇ ਕਰੋੜ ਸਵਾ ਕਰੋੜ ਦਾ ਨੁਕਸਾਨ ਕਰਾ ਲਿਆ ਅਤੇ ਹੁਣ ਗੱਲ ਕਰਨ ਨੂੰ ਵੀ ਆ ਗਏ ਆ, ਅਤੇ ਜਦੋਂ ਪਹਿਲਾਂ ਹੀ ਗੱਲ ਕਰ ਲੈਂਦੇ ਉਹ ਬਹੁਤ ਜ਼ਿਆਦਾ ਬੜੇ ਇਹਨਾਂ ਦੇ ਹਿਸਾਬ ਨਾਲ, ਅਤੇ ਜਿਹਦੇ ਵਿੱਚ ਆਮ ਬੰਦਿਆਂ ਨੂੰ ਟੈਕਸੀ ਯੂਨੀਅਨ ਵਾਲਿਆਂ ਨੂੰ ਜਾਂ ਹੋਰ ਜਿਹੜੇ ਸਾਡੇ ਇੱਥੋਂ ਵੀ ਯਾਤਰੀ ਲੰਘਦੇ ਨੇ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਵੇਟ ਵਧਣ ਕਰਕੇ, ਉਹਦੇ ਬਾਰੇ ਪੰਜਾਬ ਸਰਕਾਰ ਨਾਲ ਵੀ ਗੱਲ ਕੀਤੀ ਹੈ, ਪੰਜਾਬ ਸਰਕਾਰ ਵੱਲੋਂ ਸੈਂਟਰ ਗੌਰਮੈਂਟ ਨਾਲ ਵੀ ਗੱਲ ਚੱਲ ਰਹੀ ਆ। ਉਹ ਡਿਸੀਜ਼ਨ ਤਾਂ ਸੈਂਟਰ ਗੌਰਮੈਂਟ ਨੇ ਲੈਣਾ ਵਾ, ਪਰ ਆਪਣੇ ਵੱਲੋਂ ਅਸੀਂ ਇਹੀ ਤੁਹਾਨੂੰ ਯਕੀਨ ਦਵਾਉਂਦੇ ਹਾਂ ਕਿ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਇਸ ਮਸਲੇ ਦਾ ਹੱਲ ਹੋਏਗਾ। ਸਾਡੇ ਵੱਲੋਂ ਸੈਂਟਰ ਸਰਕਾਰ ਨੂੰ ਇਹਦੇ ਬਾਰੇ ਲਿਖ ਕੇ ਭੇਜ ਦਿੱਤਾ ਜਾਵੇਗਾ, ਜੋ ਵੀ ਇਹਦੇ ਵਿੱਚ ਫਾਈਨਲ ਡਿਸੀਜ਼ਨ ਲੈਣਾ ਉਹ ਸੈਂਟਰ ਗੌਰਮੈਂਟ ਨੇ ਲੈਣਾ। ਪਰ ਮੀਟਿੰਗ ਤੋਂ ਬਾਅਦ ਕਾਫੀ ਗੱਲਾਂ ਇਹਨਾਂ ਨੇ ਹੋਰ ਵੀ ਕੁਛ ਮੁਸ਼ਕਲਾਂ ਸੀਗੀਆਂ ਉਹ ਸਾਡੇ ਧਿਆਨ 'ਚ ਲਿਆਉਂਦੀਆਂ, ਅਤੇ ਮੈਂ ਐਡਮਿਨਿਸਟ੍ਰੇਸ਼ਨ ਵੱਲੋਂ ਯਕੀਨ ਦਵਾਉਂਦਾ ਵਾ ਕਿ ਜੋ ਕਾਨੂੰਨ ਦੇ ਮੁਤਾਬਕ ਸਹੀ ਕਾਰਵਾਈ ਹੋਏਗੀ, ਜਿਹਦੇ ਵਿੱਚ ਕਿਸੇ ਵੀ ਆਮ ਬੰਦੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਖੱਜਲ ਖੁਆਰੀ ਨਾ ਹੋਵੇ, ਉਹ ਸਾਡੀ ਜ਼ਿੰਮੇਵਾਰੀ ਆ, ਅਸੀਂ ਉਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਵਾਂਗੇ। ਟੋਲ ਫ੍ਰੀ ਦੀ ਕਾਲ ਆਏ ਸਾਡੀ, ਜਿਹੜੇ ਟੋਲ ਦੇ ਰੇਟ ਵਧੇ ਆ ਜ਼ਿਆਦਾ ਉਹਦੇ ਕਰਕੇ ਅਸੀਂ ਟੋਲ ਫ੍ਰੀ ਕਰ ਰਹੇ ਹਾਂ ਅੱਜ, ਜੇ ਟੋਲ ਦੇ ਜ਼ਿਆਦਾ ਰੇਟ ਵਧਣਾ ਤਿੰਨ ਇਸ ਸਾਲ 'ਚ 3 ਵਾਰੀ ਰੇਟ ਵੱਧ ਗਿਆ ਟੋਲ ਦਾ, ਇਸ ਕਰਕੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਅਸੀਂ ਕਾਲ ਇਹਦਾ ਫ੍ਰੀ ਕਰਨ ਦਾ ਜਿਹੜਾ ਹੈਗਾ ਇਹਨੂੰ ਫ੍ਰੀ ਅਣਮਿੱਥੇ ਸਮੇਂ ਲਈ ਕਰਾਂਗੇ, ਜਦ ਤੱਕ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ, ਰੇਟ ਨਹੀਂ ਘੱਟ ਜਾਂਦਾ। ਬੇਸਿਕ ਕਾਰਨ ਕੀ ਹੈ? ਬੇਸਿਕ ਕਾਰਨ ਹੈ, ਜਿੱਦਣ ਟੋਲ ਸ਼ੁਰੂ ਹੋਇਆ ਸੀ 150 ਰੁਪਈਏ ਦੀ ਪਰਚੀ ਕੱਟਦੇ ਸੀ 24 ਘੰਟੇ ਦੀ, 24 ਘੰਟੇ ਜਿੰਨੇ ਕਿਹੜੇ ਮਰਜ਼ੀ ਲਾ ਲਓ ਤੁਸੀਂ, ਅੱਜ 430 ਦੀ ਪਰਚੀ ਇੱਕ ਪਾਸੇ ਦੀ ਹੈ। ਬਲੌਰ ਜਾਣਾ ਹੋਵੇ 200 ਦਾ ਤੇਲ ਲੱਗਦਾ, 430 ਦੀ ਪਰਚੀ ਆ, ਕਿਹੜਾ ਬੰਦਾ ਦੇਊਗਾ? ਇਹ ਇੰਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਹਾ, ਸਾਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਸਾਰਾ ਜ਼ੋਰ ਇਸੇ ਟੋਲ 'ਤੇ ਕਿਉਂ ਲਾਈ ਜਾਂਦੀ ਹੈ। ਇਸ ਸਾਲ ਦੇ ਵਿੱਚ 3 ਵਾਰੀ ਵੱਧ ਗਿਆ। ਕਿੰਨੇ ਜਥੇਬੰਦੀਆਂ ਜਿਹੜੀਆਂ ਦੋ ਕਿਸਾਨ ਜਥੇਬੰਦੀਆਂ ਨੇ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅਤੇ PKU ਦੁਆਬਾ ਰਾਏ ਸਾਹਿਬ ਵਾਲੀ ਜਿਹੜੀ ਜਥੇਬੰਦੀ ਆ, ਦੋ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਸਾਡੇ ਨਾਲ, ਟੈਕਸੀ ਯੂਨੀਅਨ ਨੇ ਜਿਹੜੀਆਂ ਜਿੰਨੀਆਂ ਵੀ ਇੱਧਰੋਂ ਪਿੱਛੋਂ ਪਵਾੜੇ ਤੋਂ ਲੈ ਕੇ ਲੁਧਿਆਣਾ ਟੈਕਸੀ 'ਚ ਆਪਰੇਟਰ ਨੇ ਸਾਰੇ ਸਾਡੇ ਨਾਲ, ਅਤੇ ਟਰੱਕ ਯੂਨੀਅਨ ਆ ਅਤੇ ਟਿੱਪਰ ਯੂਨੀਅਨ ਆ, ਅਤੇ ਹੋਰ ਕਈ ਜਥੇਬੰਦੀਆਂ ਨੇ ਸੋਸ਼ਲ ਜਥੇਬੰਦੀਆਂ ਜਿਹੜੀਆਂ ਨਾਲ ਸਮਰਥਨ ਕਰ ਰਹੇ। ਅਸੀਂ 11:30 ਫ੍ਰੀ ਕਰਾਂਗੇ, ਅਣਮਿੱਥੇ ਸਮੇਂ ਲਈ ਆ, ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਹੈਗਾ। ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿੰਦਾ ਵੀ ਇਸ ਮੁੱਦੇ 'ਤੇ ਤੁਹਾਨੂੰ ਸਾਰਿਆਂ ਨੂੰ ਸਾਥ ਕਰਨਾ ਚਾਹੀਦਾ। ਕਾਰ ਚਾਹੇ ਮਰੂਤੀ ਲੰਘੇ ਚਾਹੇ ਜੈਗਵਰ ਲੰਘੇ, ਜੇਬ ਸਭ ਦੀ ਘੱਟਦੀ ਆ, ਅਤੇ ਇਸ ਕਰਕੇ ਨਾ ਤਾਂ ਇੱਥੇ ਕੋਈ ਸਹੂਲਤ ਹੈਗੀ ਆ, ਨਾ ਕੋਈ ਟੋਇਲਟ ਬਾਥਰੂਮ ਆ, ਲੈਟਾਂ ਇਹਨਾਂ ਦੀਆਂ ਬੰਦ ਪਈਆਂ, ਟੋਏ ਇਹਨਾਂ ਦੇ ਪਏ ਆ, ਖੱਡੇ ਸਾਰੇ, ਡਰੋਨ ਸਿਸਟਮ ਇਹਨਾਂ ਦਾ ਨਹੀਂ ਚੱਲਦਾ, ਗੁੰਡਾਗਰਦੀ ਇੱਥੇ ਹੁੰਦੀ ਆ, ਇਹ ਕਾਹਦੇ ਪੈਸੇ ਲੈਂਦੇ ਆ ਸਾਡੇ ਤੋਂ? ਇਸ ਕਰਕੇ ਅਸੀਂ ਸਾਰੀ ਪਬਲਿਕ ਨੂੰ ਕਹਿੰਦੇ ਵੀ ਇੱਥੇ ਆਓ, ਸਾਥ ਦਿਓ, ਮੌਕਾ ਵਾ, ਇਹ ਰੇਟ ਘੱਟ ਜਾਣਗੇ ਜੇ ਸਾਰੇ ਆ ਜਾਣਗੇ। ਅਤੇ ਟੋਲ ਬੰਦ ਕਰਾਇਆ ਜਾਊਗਾ ਜਾਂ ਫ੍ਰੀ ਕਰਾਇਆ ਜਾਊਗਾ? ਫ੍ਰੀ ਕਰਾਇਆ ਜਾਊਗਾ ਜੀ ਟੋਲ, ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ।
ਨਾ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ, ਪਰੇਸ਼ਾਨੀ ਥੋੜ੍ਹਾ ਦੇਣੀਆਂ ਸੀ, ਲੋਕ ਤਾਂ ਫ੍ਰੀ ਲੰਘਣਗੇ ਅੱਜ, ਅੱਜ ਤੋਂ ਫ੍ਰੀ ਆ ਟੋਲ ਅਣਮਿੱਥੇ ਸਮੇਂ ਅਣਮਿੱਥੇ ਸਮੇਂ। ਕਿਸਾਨ ਭਰਾਵਾਂ ਨੇ ਇੱਥੇ ਧਰਨਾ ਦਿੱਤਾ ਦਾ ਸੀਗਾ ਯੂਨੀਅਨ ਵੱਲੋਂ, ਤਾਂ ਉਹਨਾਂ ਨੇ ਇਹ ਕਿਹਾ ਕਿ ਟੋਲ ਪਲਾਜ਼ਾ ਦੇ ਰੇਟ ਬਹੁਤ ਜ਼ਿਆਦਾ ਵਧੇ ਨੇ, ਜਿਹੜੇ ਕਿ ਆਲਮੋਸਟ 50% ਵਧੇ ਨੇ। ਅਤੇ ਉਹਨਾਂ ਨਾਲ ਗੱਲ ਹੋਈ, ਨੈਸ਼ਨਲ ਹਾਈਵੇ ਵਾਲਿਆਂ ਨੇ ਬੈਠ ਕੇ ਮੀਟਿੰਗਸ ਵੀ ਹੋਈਆਂ ਵਾ, ਅਤੇ ਅਸੀਂ ਇਹਨਾਂ ਨੂੰ ਇਹ ਯਕੀਨ ਦਵਾਇਆ ਕਿ ਸਾਡੇ ਵੱਲੋਂ ਨੈਸ਼ਨਲ ਹਾਈਵੇ ਵਾਲਿਆਂ ਦੇ ਥਰੂ ਅਤੇ ਪੰਜਾਬ ਸਰਕਾਰ ਥਰੂ ਸੈਂਟਰ ਗੌਰਮੈਂਟ ਨੇ ਲਿਖ ਦਿੱਤਾ ਜਾਵੇਗਾ, ਜਿਹੜੇ ਕੋਈ ਰੇਟ ਵਧੇ ਨੇ ਉਹ ਰੀਜ਼ਨੇਬਲ ਹੋਣੇ ਚਾਹੀਦੇ ਆ। ਅਤੇ ਉਹਨਾਂ ਨੇ ਨੋਟੀਫਿਕੇਸ਼ਨ ਕਰਨੀ ਆ, ਫਾਈਨਲ ਡਿਸੀਜ਼ਨ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਵੱਲੋਂ ਹੀ ਦਿੱਤਾ ਜਾਣਾ ਵਾ, ਪਰ ਸਾਡੇ ਵੱਲੋਂ ਨਾਲ ਲਿਖ ਕੇ ਭੇਜ ਦਿੱਤਾ ਜਾਏਗਾ ਕਿ ਜੋ ਲੋਕਾਂ ਦੀ ਡਿਮਾਂਡ ਹੈਗੀ ਆ, ਜੋ ਲੋਕਾਂ ਦੀ ਮੁਸ਼ਕਲਾਂ ਹੈਗੀਆਂ ਵਾ, ਉਹਨਾਂ ਦਾ ਜੋ ਹੱਲ ਆ ਉਹ ਜ਼ਰੂਰ ਕਰਾਂਗੇ। ਅਤੇ ਸਰ, ਜਿਵੇਂ ਫਾਰਮਰਸ ਕਹਿ ਰਹੇ ਨੇ ਕਿ ਇਹ ਜਦੋਂ ਤੱਕ ਨਹੀਂ ਰੇਟ ਰਿਡਿਊਸ ਹੁੰਦੇ ਉਹਨਾਂ ਦਾ ਪ੍ਰੋਟੈਸਟ ਇਹਨਾਂ ਦਾ ਜਾਰੀ ਰਹੇਗਾ, ਅਤੇ ਉਹਦੇ ਵਾਸਤੇ ਇੱਥੇ ਕੀ ਪ੍ਰੀਪਰੇਸ਼ਨਸ ਨੇ? ਦੇਖੋ, ਕੱਲ੍ਹ ਦਾ ਇਹਨਾਂ ਨੇ ਧਰਨਾ ਲਾਇਆ, ਪੀਸਫੁਲ ਜਿਹੜਾ ਵਾ ਪ੍ਰੋਟੈਸਟ ਕਰਨਾ ਉਹ ਸਾਡਾ ਕੌਨਸਟੀਟਿਊਸ਼ਨਲ ਰਾਈਟ ਹੈ, ਉਹਦੇ ਵੱਲੋਂ ਆਪਾਂ ਕਿਸੇ ਨੂੰ ਨਹੀਂ ਰੋਕ ਰਹੇ, ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਪਰ ਜੋ ਕਾਨੂੰਨ ਹੈ ਉਹਨੂੰ ਵੀ ਸਾਰਿਆਂ ਨੂੰ ਫੋਲੋ ਕਰਨਾ ਪਏਗਾ। ਉਹਦੇ ਵਾਸਤੇ ਇੱਥੇ ਕੋਈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਇਕੁਇਪਮੈਂਟ ਕੀ ਅਰੇਂਜਮੈਂਟਸ ਕੀਤੇ ਗਏ? ਨਹੀਂ, ਲਾਅ ਐਂਡ ਆਰਡਰ ਵਾਲੀ ਤਾਂ ਕੋਈ ਪ੍ਰੋਬਲਮ ਨਹੀਂ ਜੀ, ਦੋ ਮੀਟਿੰਗ ਇਹਨਾਂ ਨਾਲ ਹੋਈਆਂ, ਬੜੇ ਪੀਸਫੁਲ ਜਿਹੇ ਹੋਈਆਂ ਵਾ, ਨੈਸ਼ਨਲ ਹਾਈਵੇ ਵਾਲੇ ਬੈਠੇ ਸੀਗੇ, ਕੋਈ ਲਾਅ ਐਂਡ ਆਰਡਰ ਦੇ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਅਸੀਂ ਇਹੀ ਆ ਕਿ ਦੋਨੋਂ ਸਟੇਕ ਹੋਲਡਰਸ, ਨੈਸ਼ਨਲ ਹਾਈਵੇ ਅਤੇ ਕਿਸਾਨ ਜਿਹੜੇ ਨੇ ਜਾਂ ਆਮ ਜਿਹੜੇ ਇੱਥੋਂ ਮੁਸਾਫਰ ਲੰਘਦੇ ਨੇ, ਉਹਨਾਂ ਸਾਰਿਆਂ ਦੇ ਇੰਟਰਸਟ ਜਿਹੜੇ ਆ ਉਹ ਸਹੀ ਤਰੀਕੇ ਦੇ ਨਾਲ ਚੱਲਣ, ਅਤੇ ਜੋ ਕਾਨੂੰਨ ਵਿਵਸਥਾ ਉਹ ਮੇਨਟੇਨ ਰਹੇ।